ਨਾ ਬੜਾ ਹੀ ਲੱਕ ਦੁਖੰਡਿਆ ਕੋਈ ਗੱਲ ਨਹੀਂ ਕਰਨ ਤੂੰ ਰੈਸਟ ਕਰ ਤੇ ਮੈਂ ਦਵਾਈ ਲੈ ਕੇ ਆਉਣਾ ਉਹ ਦਵਾਈ ਖਾ ਕੇ ਤੂੰ ਸਮਝੀ ਤੇ ਫਿਰ ਜਦੋਂ ਰੈਸਟ ਮਿਲ ਗਈ ਤੈਨੂੰ ਤੇ ਆਪੇ ਥੋੜਾ ਬਹੁਤਾ ਭੀੜ ਦਾ ਫਰਕ ਪੈ ਜਾਣਾ ਆ ਚਲੋ ਠੀਕ ਹੈ ਹਾਂ ਹੁਣ ਹਿੱਲੀ ਨਾ ਜ਼ਿਆਦਾ ਠੀਕ ਆ ਠੀਕ ਬੇਨਾ ਬਾਈ ਇਧਰ ਆ ਗੱਲ ਸੁਣ ਮੇਰੀ ਹਾਂਜੀ ਆਇਆ ਮੰਮੀ ਹਾਂਜੀ ਮੰਮੀ ਦੱਸੋ ਪੁੱਤ ਕੀ ਕਹਿੰਦਾ ਡਾਕਟਰ ਉਹ ਮੰਮੀ ਡਾਕਟਰ ਨੇ ਨਾ ਕਿਰਨ ਦੇ ਲੱਕ ਦਾ ਐਕਸਰਾ ਕੀਤਾ ਸੀ ਤੇ ਉਹ ਕਹਿੰਦਾ ਕਿਰਨ ਦੀ ਡਿਸਕ ਹੈ ਲੱਗੀ ਆ ਡਿਸਕ ਹੈ ਲੱਗੀ ਆ ਹਾਂਜੀ ਪੁੱਤ ਮੈਨੂੰ ਤੂੰ ਇਹ ਗੱਲ ਦੱਸ ਪਹਿਲਾਂ ਵੀ ਪੋਚਾ ਮਾਰਦੇ ਆ ਜੇ ਕੋਈ ਡਿੱਗ ਪਏ ਤੇ ਭਲਾ ਡਿਸਕ ਹਿੱਲ ਜਾਂਦੀ ਆ ਉਹ ਮੰਮੀ ਜੀ ਅੱਜ ਕੱਲ ਸਰੀਰਾਂ ਦੇ ਵਿੱਚ ਹੈ ਵੀ ਗਈ ਆ ਖਾਦਾਂ ਦਵਾਈਆਂ ਤੇ ਹਿੰਦਰੀਆਂ ਖਾਂਦੇ ਆ ਉਹ ਤਾਕਤਾਂ ਥੋੜੀਆਂ ਰਹਿ ਗਈਆਂ ਹੁਣ ਅੱਜ ਕੱਲ ਸਰੀਰਾਂ ਦੇ ਵਿੱਚ ਵੀ ਹਾਂ ਪੁੱਤ ਇਹ ਗੱਲ ਤੇ ਤੇਰੀ ਸਹੀ ਆ ਹਾਂਜੀ ਮੰਮੀ ਤੇ ਨਾਲੇ ਡਾਕਟਰ ਨੇ ਹੁਣ ਕਿੰਨ ਨੂੰ ਅਰੈਸਟ ਕਰਨ ਵਾਸਤੇ ਕਿਹਾ ਆ ਤੇ ਤੂੰ ਹੀ ਏਦਾਂ ਕਰਿਓ ਘਰ ਦੇ ਸਾਰੇ ਕੰਮ ਆਪ ਕਰ ਲਿਓ ਤੇ ਕਿਰਨ ਕੋਲੋਂ ਕੋਈ ਕੰਮ ਨਾ ਕਰਵਾਇਓ ਨਹੀਂ ਤੇ ਉਹਦੀ ਡਿਸਕ ਜ਼ਿਆਦਾ ਹਿੱਲ ਜਾਣੀ ਆ ਮੇਰੇ ਪੁੱਤਿਆ ਕਿ ਗਿਆਂ ਡਿਆ ਤੂੰ ਕਰ ਦੇ ਸਾਰੇ ਕੰਮ ਮੈਂ ਕਰਾਂਗੀ ਕੱਲੀ ਤੈਨੂੰ ਪਤਾ ਵੀ ਹੈ ਸਾਰਾ ਵੀ ਮੈਂ ਵੀ ਠੀਕ ਨਹੀਂ ਰਹਿੰਦੀ ਤੇ ਮੇਰੇ ਕੋ ਸਾਰੇ ਕੰਮ ਕਿੱਦਾਂ ਕਰਦੇ ਹੋਣੇ ਆ ਵੇਖੋ ਮੰਮੀ ਜੀ ਕੰਮ ਤੇ ਤੁਹਾਨੂੰ ਸਾਰੇ ਕਰਨੇ ਹੀ ਪੈਣੇ ਆ ਜੇ ਕਿਰਨ ਨੇ ਭਰੇਜ ਜੀ ਨਾ ਕੀਤਾ ਤੇ ਇਹਨੇ ਠੀਕ ਕਿੱਥੋਂ ਆ ਜਾਣਾ ਫਿਰ ਨਾਲੇ ਮੰਮੀ ਥੋੜੇ ਦਿਨਾਂ ਦੇ ਗੱਲ ਹੀ ਆ ਜਦੋਂ ਕਿਰਨ ਠੀਕ ਹੋ ਗਈ ਤੇ ਉਹਨੇ ਆਪੇ ਧੜਨਾ ਸਾਰੇ ਕੰਮ ਕਰਾਉਣੇ ਲੱਗ ਪੈਣੇ ਆ ਚੰਗਾ ਪੁੱਤ ਚਲੋ ਮੰਮੀ ਮੈਂ ਕਿਰਨ ਨੂੰ ਦਵਾਈ ਖਵਾਲਦਾ ਫਿਰ ਉਹ ਕਹਿੰਦੀ ਮੇਰੇ ਪੀੜ ਬੜੀ ਹੋਣ ਢਈ ਆ ਠੀਕ ਐ ਪੁੱਤ ਆ ਤੇ ਹੁਣ ਮੇਰੇ ਪਾ ਦਾ ਨਵਾਂ ਹੀ ਸਿਆਪਾ ਪੈ ਗਿਆ ਵਾ ਕੀਪਤਾ ਕਿ ਨਗਚਰ ਦੀ ਡਿਸਕ ਠੀਕ ਨਹੀਂ ਹੋਣੀ ਤੇ ਮੈਂ ਕਿ ਨਗਚਰ ਕੱਲੀ ਕੰਮ ਕਰਾਂਗੀ ਜਾਂ ਨਾਲ ਮੁੰਡਾ ਵੀ ਸਾਂਭਾਂਗੀ ਕਿਰਨਾ ਹਾਂਜੀ ਨਾ ਆਲਫਰਡ ਪਾਣੀ ਤੇ ਆਲਫਰਡ ਦਵਾਈ ਇਹ ਖਾ ਕੇ ਤੇ ਤੂੰ ਰੈਸਟ ਕਰ ਤੇ ਮੈਂ ਹਰ ਕਿਰਤਵਾਲਾ ਵੇਖ ਕੇ ਆਵਾਂ ਹੋਊਗੀ ਕਰਨ ਰਿਆ ਚਲੋ ਠੀਕ ਹੈ ਹਾਂ ਮਮੀ ਦਾਲ ਤੋਂ ਨਹੀਂ ਚੁਗਣ ਦੇ ਜੀ ਭਾਬੀ ਕਿੱਥੇ ਆ ਉਹ ਪਤਾ ਅੰਦਰ ਆ ਅੰਦਰ ਆ ਅੰਦਰ ਕੀ ਗਾਣਦੇ ਨੇ ਉਹ ਕੰਮ ਨਹੀਂ ਕਰਾਉਂਦੇ ਤੁਹਾਡੇ ਨਾਲ ਪੁੱਤ ਕੰਮ ਉਹਨੇ ਕੀ ਕਰਾਉਣਾ ਵਾ ਸਵੇਰੇ ਵੇੜੇ 'ਚ ਪੋਚਾ ਮਾਰਨ ਲਈ ਸੀ ਤੇ ਪੋਚਾ ਮਾਰਦੀ ਮਾਰਦੀ ਡਗ ਪਈ ਤੇ ਆਂਦੀ ਮੇਰਾ ਲੱਕ ਪੀੜ ਹੋਣ ਲੱਗ ਪਿਆ ਵਾ ਤੇ ਨਾ ਉਹਨੂੰ ਡਾਕਟਰ ਕੋਲ ਲੈ ਕੇ ਗਿਆ ਤੇ ਡਾਕਟਰ ਨੇ ਆਖਿਆ ਵੀ ਇਹਦੀ ਡਿਸਕ ਹਿੱਲ ਗਈ ਆ ਡਿਸਕ ਹਿੱਲ ਗਈ ਆ ਤੇ ਹੋਰ ਕੀ ਪੁੱਤ ਮੇਰੇ ਵਾਸਤੇ ਤੇ ਵਕਤ ਪੈ ਗਿਆ ਵਾ ਮੈਂ ਹੁਣ ਘਰ ਦੇ ਕੰਮ ਕਰਾਂਗਾ ਜਾਂ ਮੁੰਡਾ ਸੰਭਾ ਇਹਨੇ ਕੀ ਬਤਾ ਹੁਣ ਕਿੰਨੇ ਦਿਨ ਮੰਜੀ ਤੇ ਰਹਿਣਾ ਵਾ ਚਲੋ ਮੰਮੀ ਹੁਣ ਕਰਨਾ ਕੀ ਆ ਕੰਮ ਤੇ ਤੁਹਾਨੂੰ ਕਰਨਾ ਹੀ ਪੈਣਾ ਵਾ ਤੇ ਹੁਣ ਏਦਾਂ ਕਰੋ ਰੋਟੀ ਬਣਾਓ ਫਟਾਫਟ ਭੁੱਖ ਬੜੀ ਲੱਗੀ ਆ ਚਲ ਠੀਕ ਆ ਪੁੱਤ ਮੈਂ ਲੱਗੀਆਂ ਦਾਲ ਤਰਨ ਠੀਕ ਆ ਨਵ ਨਵ ਮੈਨੂੰ ਲੱਗਦਾ ਕਿਰਨ ਵਾਜਾਂ ਮਾਰਨ ਰਹੀ ਐ ਅੰਦਰ ਚਲ ਸੁਣ ਕੇ ਆਵਾ ਕੀ ਕਹਿਣਾ ਉਹਨੇ ਵਿਖਾ ਹੋਏ ਦੇ ਵਾਲਾ ਕਿਦਾਂ ਤੀਵੀ ਦਾ ਗਲਾ ਬਣਿਆ ਫਿਰਦਾ ਵਾ ਇਹ ਆਵਾਜ਼ ਮਾਰੀ ਆ ਤਾਂ ਭੱਜਾ ਹੀ ਗਿਆ ਵਾ ਹਾਂ ਕਿਰਨ ਨੂੰ ਬੁਲਾਇਆ ਤੂੰ ਨਾ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਆ ਮੈਨੂੰ ਕੁਝ ਖਾਣ ਨੂੰ ਲਿਆ ਦਿਓ ਹਾਂ ਹਾਂ ਕਿਰਨ ਨੂੰ ਮੰਮੀ ਮੇਰੇ ਖਿਆਲ ਚ ਰੋਟੀ ਲਾਉਣ ਦੇ ਆ ਤੇ ਮੈਂ ਵੇਖ ਕੇ ਆਉਣਾ ਜੇ ਬਣ ਗਿਆ ਤੇ ਫਿਰ ਮੈਂ ਪਾ ਲਿਆਉਣਾ ਰੋਟੀ ਚਲੋ ਠੀਕ ਹੈ ਹੂੰ ਮੰਮੀ ਜੀ ਰੋਟੀ ਭਾਗੀ ਜੇ ਨਹੀਂ ਪਤਾ ਜੀ ਰੋਟੀ ਨਹੀਂ ਪੱਕੀ ਕਿਉਂ ਕੀ ਗੱਲ ਹੋ ਗਈ ਤੈਨੂੰ ਭੁੱਖ ਜ਼ਿਆਦਾ ਲੱਗੀ ਆ ਓ ਮੰਮੀ ਮੈਨੂੰ ਭੁੱਖ ਨਹੀਂ ਲੱਗੀ ਭੁੱਖ ਕਿਰਨ ਨੂੰ ਲੱਗੀ ਆ ਉਹ ਕੈਨੇਡੀ ਕੋ ਚੀਜ਼ ਹੈਗੀ ਆ ਤੇ ਮੈਨੂੰ ਖਾਣ ਵਾਸਤੇ ਦੇ ਦਿਓ ਤੇ ਮੈਂ ਜਰ ਰੋਟੇ ਪਾਗੀ ਆ ਤੇ ਮੈਂ ਕਿੰਨਾਂ ਨੂੰ ਪਾ ਕੇ ਦੇ ਦੇਣਾ ਪੁੱਤ ਦਾਲ ਬਣ ਗਈ ਆ ਬਸ 10 ਮਿੰਟ ਲੱਗਣੇ ਰੋਟੀ ਪੱਕਦੇ ਆ ਚਲੋ ਠੀਕ ਆ ਕਿਰਨ ਹਾਂਜੀ ਨਾਲ ਦਾਲ ਬਣਦੀ ਆ ਤੇ ਮੰਮੀ ਰੋਟੀਆਂ ਲਾਉਣ ਲੱਗਿਆ 10 ਮਿੰਟ ਲੱਗ ਜਾਣੇ ਆ ਤੇ ਤੂੰ 10 ਮਿੰਟ ਵੇਟ ਕਰ ਤੇ ਫਿਰ ਮੈਂ ਰੋਟੀ ਬਾਗ ਕੇ ਲਿਆ ਦੇਣਾ ਤੈਨੂੰ ਚਲੋ ਠੀਕ ਆ ਹਾਂ ਤੇ ਨਾਲੇ ਕਿੰਨਾਂ ਮੈਂ ਤੇਰੇ ਨਾਲ ਗੱਲ ਕਰਨੀ ਆ ਇੱਕ ਮੈਂ ਤੇਰੇ ਕੋਲ ਪਹਿਲਾਂ ਵੀ ਆਇਆ ਹਾਂ ਤੇ ਮੈਨੂੰ ਇਦਾਂ ਕਿਉਂ ਲੱਗਣ ਡਿਆ ਕਿ ਤੂੰ ਆਪਣੇ ਦਿਮਾਗ 'ਚ ਸੋਚਣ ਡਈ ਆ ਕੁਝ ਨਵਾਂ ਸੋਚਣਾ ਕੀ ਆ ਕਦੋਂ ਦੀ ਮੈਂ ਘਰ ਆਈ ਆ ਮम्मी ਨੇ ਇੱਕ ਵਾਰੀ ਨਹੀਂ ਮੇਰੇ ਕੋਲ ਆ ਕੇ ਪੁੱਛਿਆ ਕਿ ਤੂੰ ਠੀਕ ਨਹੀਂ ਹੈ ਕਿ ਨਹੀਂ ਕਿਰਨਤ ਤੈਨੂੰ ਵੀ ਪਤਾ ਆ ਕਿ ਮੰਮੀ ਕੱਲੇ ਹੁਣ ਘਰ ਦੇ ਕੰਮ ਕਰਨ ਦੇ ਆ ਤੇ ਜਦੋਂ ਉਹ ਕੰਮ ਕਰਨ ਦੇ ਆ ਤੇ ਉਹਨਾਂ ਦਾ ਨਹੀਂ ਟਾਈਮ ਲੱਗਣ ਦੇ ਆ ਜਦੋਂ ਵਿਹਲੇ ਹੋ ਜਾਣਗੇ ਤੇ ਆਪੇ ਤੇਰੇ ਕੋਲ ਆ ਜਾਣਗੇ ਐਵੇਂ ਟੈਨਸ਼ਨ ਲਈ ਜਾਂ ਰਹੀ ਆ ਹਾਂਜੀ ਇਹ ਗਲਤੀ ਹੈਗੀ ਆ ਆਹੋ ਨਵੇਂ ਇੱਕ ਮਿੰਟ ਹਾਂਜੀ ਜੇ ਰੋਟੀ ਬੰਨਦੇ ਨਾ ਉਹ 10 ਮਿੰਟ ਲੱਗ ਜਣੇ ਆ ਤੇ ਤੁਸੀਂ ਨਜ਼ਰ ਮੇਰਾ ਸਿਰ ਈ ਘੋੜ ਦੋ ਮੇਰਾ ਸਿਰ ਬੜਾ ਦੁਖਾਂਡਿਆ ਵਾ ਮੈਨੂੰ ਲੱਗਦਾ ਮੋਟਰਸਾਈਕਲ ਤੇ ਗਏ ਨਾ ਹਵਾ ਵੜ ਗਈ ਆ ਸਿਰ 'ਚ ਚੜ ਕੋਟ ਦਿਨਾ ਕਰਨ ਕਿੰਨੇ ਦਿਨ ਹੋ ਗਏ ਆ ਮੰਮੀ ਨਾਲ ਗੱਲ ਹੀ ਨਹੀਂ ਹੋਈ ਏਦਾਂ ਕਰਦੀ ਆ ਫੋਨ ਲਾ ਕੇ ਮੰਮੀ ਦਾ ਹਾਲਚਾਲ ਪੁੱਛ ਲੈਣੀ ਆ ਲੈ ਕਵਲ ਦਾ ਫੋਨ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੁਣਾ ਕੀ ਹਾਲ ਆ ਵਧੀਆ ਮੰਮੀ ਜੀ ਤੁਸੀਂ ਦੱਸੋ ਠੀਕ ਜੇ ਹਾਂ ਪੁੱਤ ਠੀਕ ਆ ਮੈਂ ਵੀ ਠੀਕ ਆ ਹੋਰ ਮੰਮੀ ਵੀਰ ਤੇ ਭਾਬੀ ਦੀ ਸੁਣਾਓ ਪੁੱਤ ਵੀਰ ਤੇਰਾ ਤਾਂ ਠੀਕ ਆ ਪਰ ਕੀ ਦਸਾਂ ਪਾਬੀ ਤੇਰੀ ਨੇ ਬੜੀ ਜਾਨਦੁਖੀ ਕੀਤੀ ਏ ਮੇਰੀ ਜਾਨਦੁਖੀ ਕੀਤੀ ਆ ਕਿਉਂ ਕੀ ਗੱਲ ਹੋ ਗਈ ਮੰਮੀ ਜੀ ਹੋਣਾ ਕੀ ਆ ਪੁੱਤ ਪੋਚਾ ਲਉਂਦੀ ਡਿਗ ਪੀ ਤੇ ਡਿਸਕ ਹਲਾ ਕੇ ਬੈਠੀ ਆ ਅਛਾ ਮੰਮੀ ਜੀ ਤੇ ਹੋਰ ਕੀ ਪੁੱਤ ਨਵ ਡਾਕਟਰ ਨੂੰ ਵਖਾਲ ਕੇ ਲਿਆਇਆ ਤੇ ਡਾਕਟਰ ਨੇ ਰੈਸਟ ਦਸੀ ਇਹਨੂੰ ਫਿਰ ਤਾਂ ਬੜਾ ਔਖਾ ਹੋ ਗਿਆ ਮੰਮੀ ਜੀ ਤੁਹਾਡੇ ਕੱਲਿਆਂ ਵਾਸਤੇ ਘਰ ਦੇ ਕੰਮ ਕਰਨਾ ਹਾਂ ਪੁੱਤ ਔਖਾ ਤੇ ਬਹੁਤ ਹੋ ਗਿਆ ਵਾ ਸਾਰਾ ਦਿਨ ਮਹਾਰਾਣੀ ਅੰਦਰ ਵੜ ਕੇ ਪਈ ਰਹਿੰਦੀ ਆ ਤੇ ਘਰ ਦੇ ਕੰਮ ਮੈਨੂੰ ਕਰਨੇ ਪੈਂਦੇ ਆ ਮੰਮੀ ਜੀ ਕਿੰਨੇ ਕ ਦਿਨ ਹੋ ਗਏ ਡਿਸਕ ਹਿੱਲੀ ਨੂੰ ਕੀ ਦੱਸਾਂ ਪੁੱਤ ਹੁਣ ਤੇ ਹਫ਼ਤੇ ਤੋਂ ਵੀ ਉੱਪਰ ਹੋ ਗਿਆ ਵਾ ਅੱਛਾ ਮੰਮੀ ਜੀ ਕੀ ਗੱਲ ਨਾ ਵੀਰ ਕਹਿੰਦੇ ਨਹੀਂ ਭਾਬੀ ਨੂੰ ਕਿ ਉੱਠ ਕੇ ਮੰਮੀ ਨਾਲ ਕੰਮ ਕਰਵਾ ਦੇ ਨਾ ਪੁੱਤ ਉਹਨੇ ਕਿੱਥੋਂ ਕਹਿਣਾ ਮੈਂ ਇਹਨੂੰ ਉਹ ਤੇ ਆਪਤੀ ਵੀ ਦਾ ਗੁਲਾਮ ਬਣਿਆ ਬੈਠਾ ਵਾ ਮੈਂ ਕੁਝ ਕਹਿੰਨੀ ਐ ਤੇ ਮੇਰੇ ਆਖੇ ਨਹੀਂ ਲੱਗਦਾ ਤੇ ਸਾਰਾ ਦਿਨ ਉਹਦੇ ਅੱਗੇ ਪਿੱਛੇ ਤੁਰਿਆ ਫਿਰਦਾ ਵਾ ਮੰਮੀ ਫੇਰ ਤਾਂ ਤੁਹਾਡੇ ਵਾਸਤੇ ਸੱਚੀ ਬੜਾ ਹੀ ਔਖਾ ਹੋਇਆ ਪਿਆ ਵਾ ਤੇ ਹੋਰ ਕੀ ਐ ਪੁੱਤ ਚਲੋ ਮੰਮੀ ਜੀ ਕੀ ਕਰ ਸਕਦੇ ਆ ਜਿਹੜੀ ਮੁਸੀਬਤ ਸਿਰ ਤੇ ਪਈ ਉਹ ਕਟਣੀ ਤੇ ਪੈਣੀ ਆ ਹਾਂ ਬੋਤ ਇਹ ਤਾਂ ਗੱਲ ਸਹੀ ਹੈ ਤੇਰੇ ਵਾਲੀ ਪਰ ਮੈਨੂੰ ਲੱਗਦਾ ਮੇਰੇ ਕਰਮਾ ਚ ਰੱਬ ਨੇ ਸੁਖ ਲਿਖਿਆ ਹੀ ਨਹੀਂ ਕਿਤੇ ਚਲੋ ਠੀਕ ਹੈ ਮੰਮੀ ਜੀ ਤੁਹਾਡੇ ਨਾਲ ਮੈਂ ਬਾਅਦ ਚ ਗੱਲ ਕਰਦੀ ਆ ਮੈਨੂੰ ਲੱਗਦਾ ਸੁਫਨ ਦੇ ਪਾਪਾ ਆ ਗਏ ਨੇ ਚੰਗਾ ਪੁੱਤ ਪਾਣੀ ਪੀਣਾ ਹੀ ਪਾਣੀ ਤੇ ਗਲਾਸੇ ਚ ਹੈ ਨਹੀਂ ਆ ਚਲੇਦਾ ਕਰਦੀ ਨਵ ਨੂੰ ਆਵਾਜ਼ ਮਾਰਦੀ ਆ ਨਾ ਵੀ ਇੱਧਰ ਆਇਓ 2 ਮਿੰਟ ਗੱਲ ਸੁਣੀਓ ਮੇਰੀ ਹਾਂ ਕਹਿੰਦਾ ਆਇਆ 1 ਮਿੰਟ ਵੇਖਾ ਮਾ ਮਾ ਰਾਨੀ ਨੇ ਫੇਰ ਆਵਾਜ਼ ਮਾਰ ਲਈ ਇਹਨੂੰ ਨਾ ਵਾ ਇਧਰ ਆ ਹਾਂਜੀ ਆਇਆ ਮੰਮੀ ਮੰਮੀ ਨੇ ਪਤਾ ਨਹੀਂ ਕੀ ਕਹਿਣਾ ਹੁਣ ਹਾਂਜੀ ਮੰਮੀ ਪੁੱਤ ਸਿਲੰਡਰ ਖਤਮ ਹੋ ਗਿਆ ਵਾ ਤੇ ਮੈਨੂੰ ਭਰਾ ਕੇ ਲਿਆ ਦੇ ਮੈਂ ਵੀ ਰੋਟੀ ਟੋਕ ਕਰ ਲਾਂ ਓ ਮੰਮੀ ਜੀ ਮੇਰੇ ਕੋ ਸਿਲੰਡਰ ਭਰਉਣ ਦਾ ਟਾਈਮ ਨਹੀਂ ਹੈਗਾ ਤੁਸੀਂ ਵਿਕਣ ਕਹੋ ਆਪੇ ਤੁਹਾਨੂੰ ਭਰਾ ਕੇ ਲਿਆ ਦੇਂਦਾ ਵਾ ਵੇ ਵਿੱਕਾ ਘਰ ਹੈ ਨਿਗਾ ਜਾ ਤਾਂ ਉਪਰਾ ਲਿਆ ਓ ਮੰਮੀ ਮੈਨੂੰ ਕਿਰਨ ਆਵਾਜ਼ਾਂ ਮਾਰਨ ਰਹੀ ਆ ਮੈਂ ਉਹਦੀ ਗੱਲ ਸੁਣ ਚੱਲਿਆ ਆ ਜੇ ਬਹੁਤੀ ਗੱਲ ਹੈ ਤੁਸੀਂ ਚੁੱਲਾ ਬਾਲ ਲਓ ਵੇ ਤੀਵੀਂ ਦੇ ਗਲਾਮਾ ਕਦੇ ਉਹਦਾ ਖੇੜਾ ਵੀ ਛੱਡ ਦਿਆ ਕਰ ਸਾਰਾ ਦਿਨ ਉਹਦੇ ਅੱਗੇ ਪਿੱਛੇ ਤੁਰਿਆ ਫਿਰਨਾ ਵਾ ਕਿਤੇ ਘਰ ਦੇ ਕੰਮ ਵੀ ਕਰ ਲਿਆ ਕਰ ਤੀਵੀ ਦਾ ਗੁਲਾਮ ਤੇ ਹੋਰ ਕੀ ਹੈ ਤੂੰ ਜਿੱਦਨ ਦੀ ਉਹ ਮੰਜੇ ਤੇ ਪਈ ਹੈ ਤੂੰ ਤੇ ਤੀਵੀ ਦਾ ਗੁਲਾਮ ਹੀ ਬਣ ਗਿਆ ਵਾ ਸਾਰਾ ਦਿਨ ਉਹਦੇ ਅੱਗੇ ਪਿੱਛੇ ਤੁਰਿਆ ਫਿਰਦਾ ਵਾ ਵਾ ਮਮੀ ਜੀ ਸਲਾਮਤ ਤੁਹਾਡੀ ਸੋਚ ਨੂੰ ਜੇ ਮੈਂ ਮਾਂ ਬਾਪ ਦੀ ਸੇਵਾ ਕਰਾਂ ਘਰ ਦੇ ਸਾਰੇ ਕੰਮ ਕਰ ਕਰਾਂ ਫਿਰ ਤੇ ਮੈਂ ਸਮਝਦਾਰ ਪੋਤੇ ਆ ਪਰ ਜੇ ਮੈਂ ਆਪਣੀ ਘਰ ਦੀ ਦੀ ਦੇਖਭਾਲ ਕਰ ਲਈ ਤੇ ਫਿਰ ਮੈਂ ਤੀਵੀ ਦਾ ਗੁਲਾਮ ਹੋ ਗਿਆ ਮਮੀ ਜੀ ਮੂੰਹ ਪਰੇ ਨੂੰ ਕਿਉਂ ਕਰਦੇ ਜੇ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦਿਓ ਹਾਂ ਹਾਂ ਦੱਸ ਜਦੋਂ ਕਿਤੇ ਤੁਸੀਂ ਬਿਮਾਰ ਹੁੰਦੇ ਜੇ ਤੇ ਕੀ ਗੱਲ ਉਦੋਂ ਡੈਡੀ ਤੁਹਾਡੀ ਦੇਖਭਾਲ ਨਹੀਂ ਕਰਦੇ ਕਰਦੇ ਆ ਪੁੱਤ ਕਰਨੀ ਕਿਉਂ ਨਹੀਂ ਤੇ ਫਿਰ ਮਮੀ ਜੀ ਜੇ ਡੈਡੀ ਤੁਹਾਡੀ ਦੇਖਭਾਲ ਕਰਨ ਫਿਰ ਠੀਕ ਆ ਤੇ ਜੇ ਮੈਂ ਆਪਣੀ ਘਰ ਦੀ ਦੀ ਦੇਖਭਾਲ ਕਰ ਲਈ ਤੇ ਮੈਂ ਤੀਵੀ ਦਾ ਗੁਲਾਮ ਹੋ ਗਿਆ ਮੰਮੀ ਜੀ ਬੋਲੋ ਹੁਣ ਦਿਓ ਜਵਾਬ ਮੇਰੀ ਗੱਲ ਦਾ ਮੈਂ ਪੁੱਤ ਕੀ ਜਵਾਬ ਦਵਾਂ ਤੂੰ ਤੇ ਮੇਰੀ ਅੱਖਾਂ ਹੀ ਖੋਲਦੀਆਂ ਮੈਂ ਤਾਂ ਕਦੀ ਇਹ ਗੱਲ ਸੋਚੀ ਨਹੀਂ ਬੱਸ ਫਿਰ ਮੰਮੀ ਇਹੋ ਤੇ ਗੱਲ ਆ ਜੇ ਤੁਸੀਂ ਇਹ ਗੱਲ ਪਹਿਲਾਂ ਸੋਚੀ ਹੁੰਦੀ ਨਾ ਤੇ ਅੱਜ ਫਿਰ ਤੁਸੀਂ ਮੈਨੂੰ ਤੀਵੀਂ ਦਾ ਗੁਲਾਮ ਨਹੀਂ ਕਹਿਣਾ ਚੱਲ ਕੋਈ ਗੱਲ ਨਹੀਂ ਪੁੱਤ ਜੋ ਹੋ ਗਿਆ ਸੋ ਹੋ ਗਿਆ ਅੱਗੇ ਤੋਂ ਤੈਨੂੰ ਮੈਂ ਕਦੇ ਵੀ ਤੀਵੀਂ ਦਾ ਗੁਲਾਮ ਨਾ ਕਹਾਂਗੀ ਨਾਲੇ ਪੁੱਤ ਜੇਦੋਂ ਕਿ ਇਹਨਾਂ ਠੀਕ ਹੋ ਗਈ ਉਹਨੇ ਸਾਰੀ ਉਮਰ ਘਰ ਦੇ ਕੰਮ ਹੀ ਕਰਨੇ ਆ ਜਾਂ ਵੇਹਪਲਾ ਜਾ ਕੇ ਉਹਨੇ ਕੀ ਕਹਿਣਾ ਵਾ ਚਲੋ ਠੀਕ ਆ ਮੰਮੀ ਜੀ ਵਾਕੀ ਤੁਸੀਂ ਮੈਨੋ ਵੀ ਮਾਫ ਕਰਿਓ ਜੇ ਮੈਂ ਤੁਹਾਨੂੰ ਉੱਚਾ ਨਹੀਂ ਮੈਂ ਬੋਲ ਗਿਆ ਉਹ ਮੈਂ ਤਾਂ ਨਾ ਨਾ ਪੁੱਤ ਤੂੰ ਮਾਫੀ ਨਾ ਮੰਗ ਤੂੰ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ ਵਾ ਜਾ ਜਾ ਕੇ ਕਰਨ ਦੀ ਗੱਲ ਸੁਣੋ ਨੇ ਕੀ ਕਹਿਣਾ ਤੈਨੂੰ ਚਲੋ ਠੀਕ ਆ ਮੰਮੀ ਜੀ ਹਾਂਜੀ ਦੋਸਤੋ ਸੋ ਤੁਹਾਨੂੰ ਇਹ ਸਾਡੇ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਰਾਈ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਜਰੂਰ ਸਮਝ ਆ ਗਿਆ ਹੋਵੇਗਾ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਚਲੋ ਠੀਕ ਆ ਜਲਦੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ